ਹੈਲੋ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਠਿੰਡੇ ਜ਼ਿਲ੍ਹੇ ਵਿੱਚ ਆਈ ਜੋਬ ਵੈਕੈਂਸੀਆਂ ਦੀ। ਦੋਸਤੋ ਇਸ ਦੀ ਖਾਸੀਅਤ ਇਹ ਹੈ, ਇਸ ਦਾ ਨਾ ਕੋਈ ਇਗਜ਼ਾਮ ਹੋਵੇਗਾ ਅਤੇ ਨਾ ਕੋਈ ਇਸਦੀ ਫੀਸ ਹੋਵੇਗੀ, ਡਾਇਰੈਕਟ ਇੰਟਰਵਿਊ ਹੋਵੇਗਾ ਅਤੇ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਇਸ ਨੂੰ ਅਪਲਾਈ ਕਰ ਸਕਦੇ ਹਨ। ਅਤੇ ਇੱਕ ਹੋਰ ਮੇਨ ਗੱਲ ਦੱਸਾਂ ਦੋਸਤੋ, ਇਸ ਵਿੱਚ ਜੋ ਤਨਖਾਹ ਮਿਲੇਗੀ ਉਹ ਡੇਲੀ ਬੇਸ 'ਤੇ ਮਿਲੇਗੀ, ਮਤਲਬ ਡੇਲੀ ਤੁਸੀਂ ਆਪਦਾ ਕੰਮ ਖਤਮ ਕਰੋਗੇ ਅਤੇ ਡੇਲੀ ਆਪਦੀ ਪੇਮੈਂਟ ਲੈ ਕੇ ਘਰ ਜਾਓਗੇ। ਓਕੇ ਦੋਸਤੋ, ਅਤੇ ਇਸ ਵਿੱਚ ਇਸਦਾ ਜੋ ਇੰਟਰਵਿਊ ਦਾ ਟਾਈਮ ਦਿੱਤਾ ਹੋਇਆ ਉਹ 21 ਤਰੀਕ 10ਵਾਂ ਮਹੀਨਾ 2019 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਰੱਖਿਆ ਗਿਆ ਹੈ। ਅਤੇ ਤੁਹਾਨੂੰ ਜੇ ਤੁਸੀਂ ਇਹ ਅਪਲਾਈ ਕਰਨਾ ਚਾਹੁੰਦੇ ਹੋ, ਜੇ ਤੁਸੀਂ ਇੰਟਰਸਟਡ ਹੋ ਦੋਸਤੋ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਇਸਦਾ ਫੋਰਮ ਆਪਣੇ ਮੋਬਾਈਲ ਉੱਤੇ ਕਿਵੇਂ ਡਾਊਨਲੋਡ ਕਰ ਸਕਦੇ ਹੋ। ਦੋਸਤੋ ਸੇਮ ਪ੍ਰੋਸੀਜਰ ਹੈ, ਉਸ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾ ਕੇ www.codecrop.org.in ਪੰਜਾਬ ਲਿਖਣਾ ਪਵੇਗਾ ਅਤੇ ਉਸਨੂੰ ਸਰਚ ਕਰ ਦਿਓ। ਸਰਚ ਕਰਨ ਤੋਂ ਬਾਅਦ ਦੋਸਤੋ ਪੰਜਾਬ ਕੋਟਨ ਕਾਰਪੋਰੇਸ਼ਨ ਇਸ 'ਤੇ ਕਲਿੱਕ ਕਰ ਲਿਓ। ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਣੇ ਕੋਲ ਇਸ ਤਰ੍ਹਾਂ ਦਾ ਪੇਜ ਖੁੱਲ੍ਹ ਜਾਵੇਗਾ। ਇਸ ਤੋਂ ਬਾਅਦ ਦੋਸਤੋ ਆਪਾਂ ਨੂੰ ਪੰਜਾਬ ਨੋਟਿਸ ਅਤੇ ਪਬਲਿਕ ਨੋਟਿਸ 'ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਣੇ ਕੋਲ ਇਸਦੀ ਜਿਸ ਸਟੇਟ ਵਿੱਚ ਇਹ ਜੋਬ ਅਨਾਊਂਸਡ ਹੋਈਆਂ ਹਨ ਉਸ ਦੀ ਆਪਣੀ ਡਿਟੇਲ ਆਪਣੇ ਸਾਹਮਣੇ ਆ ਜਾਵੇਗੀ। ਉਸ ਤੋਂ ਬਾਅਦ ਆਪਾਂ ਨੂੰ PDF ਉੱਤੇ ਕਲਿੱਕ ਕਰ ਲਿਓ। ਕਲਿੱਕ ਕਰਨ ਤੋਂ ਬਾਅਦ ਇਸਦਾ ਪੂਰਾ ਡਿਟੇਲ ਆ ਜਾਵੇਗਾ ਅਤੇ ਨੀਚੇ ਇਹ ਜੋ ਫੋਰਮ ਆਪਾਂ ਭਰ ਕੇ ਇਹਨਾਂ ਨੂੰ ਪੋਸਟ ਕਰਨਾ ਹੈ, ਡਾਕਖਾਨੇ ਵਿੱਚ ਜਾ ਕੇ ਪੋਸਟ ਕਰਨਾ ਹੈ, ਜਾਂ ਜੋ ਇਹਨਾਂ ਨੇ ਐਡਰੈਸ ਦਿੱਤਾ ਹੈ ਇਸ ਉੱਤੇ ਆਪਾਂ ਪੋਸਟ ਕਰ ਦੇਵਾਂਗੇ। ਇਹ ਇਹਨਾਂ ਦਾ ਐਡਰੈਸ ਹੈ, ਕਪਾਸ ਭਵਨ 136A ਕਮਲਾ ਨਗਰ ਕਲੋਨੀ ਬਠਿੰਡਾ 151001। ਅਤੇ ਦੋਸਤੋ ਇਹ ਇਸਦਾ ਫੋਰਮ ਹੈ, ਇਹ ਤੁਸੀਂ ਆਪਣੇ ਮੋਬਾਈਲ ਉੱਤੇ ਵੀ ਡਾਊਨਲੋਡ ਕਰ ਸਕਦੇ ਹੋ, ਜਾਂ ਜੇ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਤੁਸੀਂ ਕਮੈਂਟ ਵਿੱਚ ਮੈਨੂੰ ਪੁੱਛ ਸਕਦੇ ਹੋ ਅਤੇ ਮੈਂ ਇਹ ਫੋਰਮ ਤੁਹਾਨੂੰ ਵਟਸਐਪ 'ਤੇ ਸੈਂਡ ਕਰ ਦੇਵਾਂਗਾ ਡਾਊਨਲੋਡ ਕਰਕੇ। ਓਕੇ ਦੋਸਤੋ, ਥੈਂਕ ਯੂ ਫੋਰ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ ਐਂਡ ਸ਼ੇਅਰ ਕਰ ਲਓ। ਥੈਂਕ ਯੂ ਦੋਸਤੋ।